पंज प्याले पंज पीर छठम पीर बैठा गुर पारी। हुण सारी आपां गुरु के जीवन की कथा सुनाइए तो एक दो दिन नहीं किन्ने दिनां दा समां लग जाऊगा। चार जंगां गुरु साहिबां ने कीतियां, चार जंगां दुष्टां नूं सोधन वास्ते दया इन्नी, असी एक विचार करके फिर समाप्ति कर देनी है। दया इन्नी नाल गुरु साहिबां दे गुरु हर राय साहिब महाराज तुरे जांदे है, गुरु साहिबां दे पोतरे लगदे सी नाल तुरे जा रहे है, बाग दे विचों दी इदां लंघदे, बगीचे दे विचों दी फुल उगे ने तरह तरह दे, ते बड़ा बड़ा चौड़ा कलियां वाला चोला पहने आ। गुरु हर राय साहिब महाराज ने अजे गुरु दी पदवी नहीं मिली, हर राय साहिब महाराज ने वड्डा खुला चोला पहने आ, खुला चोला पहने उन्हां दे चोले दे नाल खह के ना एक फुल टुट गया, फुल टुट के डिग पिया। गुरु हरगोबिंद साहिब महाराज कहन लगे भाई तू अपने वस्त्र तां संभाल के तुरया कर, आ वेख फुल तोड़ दिता कोमल जिहा मुलायम जिहा, आ फुल तोड़ के सुट दिता तेरे चोले, वस्त्र संभाल के तुरया कर, कपड़े संभाल के तुरया कर। कहिंदे ने छेवें पातशाह दा हुक्म गुरु हर राय साहिब महाराज ने सत करके मन्निया सारी जिंदगी, जदों भी ओ तुरदे ते अपने चोले नूं इदां इकट्ठा करके तुरदे रहे, इन्नी दया, एक फुल टुटे दे उत्ते भी अपने पोतरे नूं झड़क दित्ता। ते जदों रण तत्ते दे विच जालमां दे गाटे लौंदे सी, रण तत्ते दे विच गाटे लौंदे सी भाई उदों दया कित्थे, क्योंकि ओ लोक दुष्ट ने, ओ लोक जालम ने, ਵੱਡੇ ਯੋਧਾ ਉੱਥੇ ਵੱਡੇ ਯੋਧੇ ਦਾ ਰੂਪ ਹਨ, ਇੱਥੇ ਪਰਉਪਕਾਰੀ ਦਾ ਰੂਪ ਨੇ, ਉੱਥੇ ਦਲ ਭੰਜਣ ਵਾਲੇ ਜ਼ਾਲਮਾਂ ਦੇ ਦਲਾਂ ਨੂੰ ਖੰਡਾਉਣ ਵਾਲੇ ਦਲ ਭੰਜਣ ਵਾਲੇ, ਤੇ ਇੱਥੇ ਪਰਉਪਕਾਰੀ। ਪੈਂਦੇ ਖਾਂ ਗੁਰੂ ਘਰ ਦਾ, ਗੁਰੂ ਘਰ ਵਿੱਚ ਰਹਿ ਕੇ ਗੁਰੂ ਘਰ ਦਾ ਖਾ ਕੇ, ਛੋਟੇ ਹੁੰਦੇ ਤੋਂ ਗੁਰੂ ਘਰ ਵਿੱਚ ਪਲਿਆ, ਗੁਰੂ ਸਾਹਿਬਾਂ ਨੇ ਉਹਦੀ ਲੜਕੀ ਦਾ ਵਿਆਹ ਕੀਤਾ, ਘਰ ਦਿੱਤਾ, ਉਹਦਾ ਜਵਾਈ ਵੀ ਉੱਥੇ ਰਹਿੰਦਾ, ਮਹਾਰਾਜ ਨੇ ਵਸਤਰ ਦਿੱਤੇ, ਉਹਨੂੰ ਬਾਜ ਦਿੱਤਾ, ਇੱਕ ਕਿਰਪਾਨ ਦਿੱਤੀ, ਘੋੜਾ ਦਿੱਤਾ, ਕਹਿੰਦੇ ਕੱਲ ਨੂੰ ਪਹਿਣ ਕੇ ਆਈ, ਤੇ ਉਹਦੇ ਚਬਾਰੇ ਦੇ ਵਿੱਚ ਉਹਦਾ ਜਵਾਈ ਲੈ ਗਿਆ, ਤੇ ਅਗਲੇ ਦਿਨ ਆਇਆ ਪਹਿਲਾਂ ਵਾਲੇ ਹੀ ਕੱਪੜੇ ਪਾਏ ਹੋਏ, ਮਹਾਰਾਜ ਨੇ ਜਿਹੜਾ ਪੁਸ਼ਾਕਾ ਦਿੱਤਾ ਸੀ ਉਹ ਨਹੀਂ ਪਹਿਨੇ, ਕਹਿੰਦੇ ਪਾਇਆ ਨਹੀਂ, ਕਹਿੰਦਾ ਮਹਾਰਾਜ ਭੁਲੇਖੇ ਦੇ ਨਾਲ ਕਾਹਲੀ ਚ ਆ ਗਿਆ, ਘਰੇ ਹੀ ਪਿਆ ਰਹਿ ਗਿਆ। ਗੁਰੂ ਸਾਹਿਬ ਕਹਿੰਦੇ ਝੂਠ ਕਿਉਂ ਬੋਲਦਾ, ਅੰਤਰਯਾਮੀ ਸਤਿਗੁਰੂ ਕਹਿੰਦੇ ਝੂਠ ਨਾ ਆਖ, ਸੱਚ ਬੋਲ, ਤੇਰਾ ਜਵਾਈ ਲੈ ਗਿਆ। ਕਹਿੰਦਾ ਨਹੀਂ ਮਹਾਰਾਜ, ਮੈਂ ਸੱਚ ਹੀ ਆਖਦਾ। ਕਈ ਵਾਰੀ ਗੰਗਾ ਦੇ ਰਹਿਣ ਵਾਲਿਆਂ ਨੂੰ ਸ਼ਰਧਾ ਨਹੀਂ ਰਹਿੰਦੀ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਉਹਨੇ ਆਖਿਆ ਵੀ ਗੁਰੂ ਨੂੰ ਕੀ ਪਤਾ ਲੱਗਣਾ, ਸਤਿਗੁਰੂ ਨੂੰ ਕੀ ਪਤਾ ਲੱਗਣਾ। ਮਹਾਰਾਜ ਕਹਿੰਦੇ ਤੇਰਾ ਜਵਾਈ ਲੈ ਗਿਆ, ਤੇ ਗੁਰੂ ਸਾਹਿਬਾਂ ਨੇ ਬਾਬਾ ਬਿਧੀ ਚੰਦ ਨੂੰ ਭੇਜਿਆ, ਤੇ ਉਹਦੇ ਜਵਾਈ ਦੇ ਘਰੋਂ ਜਾ ਕੇ ਉਹ ਵਸਤਰ ਚੁੱਕ ਲਿਆਏ ਸਾਰੇ, ਕਹਿੰਦੇ ਆ ਵੇਖ ਤੇਰੇ ਜਵਾਈ ਦੇ ਘਰ ਪਏ। ਕਹਿੰਦਾ ਮਹਾਰਾਜ ਆਪ ਹੀ ਰਖਾ ਦਿੰਦੇ ਹੋ, ਆਪ ਹੀ ਚੁਕਾ ਦਿੰਦੇ ਹੋ, ਸਿੱਖ ਝੂਠ ਬੋਲਦੇ, ਇਹਨਾਂ ਦੇ ਕੋਲ ਹੀ ਹੋਣੇ ਹੋਣੇ। ਤੇ ਏਦਾਂ ਭਾਈ ਵੱਧ ਘੱਟ ਬੋਲਦਾ ਹੋਇਆ ਬਾਬਾ ਬਿਧੀ ਚੰਦ ਕਹਿੰਦਾ ਮਹਾਰਾਜ ਇੱਥੇ ਹੀ ਨਾ ਸੋਧਾ ਲਾਦਾ ਮੈਂ। ਕਹਿੰਦੇ ਨਹੀਂ ਜਾਣਦੇ, ਉਹ ਇੱਥੇ ਨਹੀਂ ਟਲਿਆ, ਕੁਝ ਸਮੇਂ ਦੇ ਬਾਅਦ ਫਿਰ ਫੌਜ ਚੜਾ ਕੇ ਲੈ ਕੇ ਆਇਆ, ਜਿਹੜਾ ਫਿਰ ਕਰਤਾਰਪੁਰ ਦਾ ਜੰਗ ਹੋਇਆ ਨਾ, ਉਹ ਪੈਂਦੇ ਖਾਂ ਦੇ ਕਾਰਨ ਹੋਇਆ। ਇਤਿਹਾਸ ਭਾਈ ਪੜ੍ਹਿਆ ਕਰੋ, ਗੁਰੂ ਸਾਹਿਬਾਂ ਦੇ ਜੀਵਨ ਪੜ੍ਹਿਆ ਕਰੋ, ਗੁਰੂ ਸਾਹਿਬਾਂ ਦੇ ਜੀਵਨ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਆਪਾਂ ਨੂੰ ਸਿੱਖਿਆ ਮਿਲਦੀ।
ਕਰਤਾਰਪੁਰ ਦਾ ਜਿਹੜਾ ਜੰਗ ਹੋਇਆ ਤੇ ਪੈਂਦੇ ਖਾਂ ਪਠਾਨ ਜਿਹੜਾ ਤਕੜਾ ਬਹੁਤ ਤਕੜਾ ਸੀ ਉਹ ਘੋੜਾ ਚੁੱਕ ਦਿੰਦਾ ਘੋੜੇ ਦੇ ਥੱਲੇ ਵੜ ਕੇ ਨਾ ਏਦਾਂ ਘੋੜਾ ਹੀ ਚੁੱਕ ਦੇਣਾ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਦਾ ਭਾਰ ਵੀ ਹਰੇਕ ਘੋੜਾ ਨਹੀਂ ਸੀ ਚੁੱਕ ਸਕਦਾ ਰਾਹ ਚ ਇੱਕ ਘੋੜਾ ਬਦਲਣਾ ਪੈਂਦਾ ਐਡਾ ਮਹਾਰਾਜ ਦਾ ਸਰੀਰ ਸੀ ਐਡਾ ਕੱਦ ਕਾਠ ਤੇ ਜਦੋਂ ਪੈਂਦੇ ਖਾਂ ਦੇ ਨਾਲ ਜੰਗ ਕਰਦਿਆ ਪੈਂਦੇ ਖਾਂ ਘੋੜੇ ਤੋਂ ਡਿੱਗ ਪਿਆ ਕਿਰਪਾਨ ਡਿੱਗ ਪਈ ਹੱਥੋਂ ਢਾਲ ਡਿੱਗ ਪਈ ਫਿਰ ਭੱਜ ਕੇ ਨਾ ਉਹਨੇ ਪੈਂਤੜਾ ਵਰਤਿਆ ਘੋੜੇ ਦੇ ਥੱਲੇ ਜਾ ਵੜਿਆ ਘੋੜਾ ਚੁੱਕਣ ਵਾਸਤੇ ਤੇ ਹੁਣ ਗੁਰੂ ਸਾਹਿਬਾਂ ਨੇ ਨਾ ਰਕਾਬਾਂ ਦੇ ਵਿੱਚ ਭਾਰ ਦੇ ਕੇ ਆਪਣੀ ਢਾਲ ਮਾਰੀ ਉਹਦੇ ਸਿਰ ਦੇ ਵਿੱਚ ਜਦੋਂ ਮਾਰੀ ਢਾਲ ਮੈਦਾਨ ਦੇ ਵਿੱਚ ਨਿਢਾਲ ਹੋ ਕੇ ਡਿੱਗ ਪਿਆ ਨਿਢਾਲ ਹੋ ਕੇ ਡਿੱਗਿਆ ਪਿਆ ਸਿਰ ਚੋਂ ਖੂਨ ਵਗਦਾ ਅੱਧਾ ਬੇਹੋਸ਼ ਹੈ ਤਾਂ ਹੋਸ਼ ਦੇ ਵਿੱਚ ਹੈ ਵੇਖੋ ਇੱਥੇ ਫਿਰ ਪਰਉਪਕਾਰ ਆ ਗਿਆ ਇੱਥੇ ਫਿਰ ਪਰਉਪਕਾਰ ਆ ਗਿਆ ਧੁੱਪ ਪੈਂਦੀ ਹੈ ਪੈਂਦੇ ਖਾਂ ਦੇ ਚਿਹਰੇ ਦੇ ਉੱਤੇ ਮੂੰਹ ਦੇ ਉੱਤੇ ਐਡਾ ਬਖਸ਼ਿੰਦਾ ਸਤਿਗੁਰੂ ਔਗਣ ਨਹੀਂ ਵੇਖਦਾ ਇਹ ਤਾਂ ਫੌਜ ਚੜਾ ਕੇ ਲੈ ਕੇ ਆਇਆ ਜੰਗ ਕਰਨ ਵਾਸਤੇ ਆਇਆ ਸਤਿਗੁਰਾਂ ਨੇ ਆਪਣੀ ਢਾਲ ਦੇ ਨਾਲ ਛਾਂ ਕਰ ਦਿੱਤੀ ਜਿਹੜੀ ਢਾਲ ਸਿਰ ਵਿੱਚ ਮਾਰੀ ਸੀ ਨਾ ਉਹਦੇ ਨਾਲ ਹੀ ਛਾਂ ਕਰ ਦਿੱਤੀ ਤੇ ਆਖਿਆ ਪੈਂਦੇ ਖਾਂ ਤੇਰਾ ਅੰਤ ਦਾ ਵੇਲਾ ਆ ਗਿਆ ਭਾਈ ਕਲਮਾ ਪੜ੍ਹ ਲਾ ਜੋ ਮੁਸਲਮਾਨ ਭਰਾ ਕਲਮਾ ਪੜ੍ਹਦੇ ਹਨ ਉਹ ਕਹਿੰਦੇ ਕਲਮਾ ਪੜ੍ਹ ਲੈ ਤੇਰਾ ਅੰਤ ਦਾ ਸਮਾਂ ਆ ਗਿਆ ਚਿਹਰੇ ਤੇ ਮੂੰਹ ਦੇ ਉੱਤੇ ਧੁੱਪ ਪੈਂਦੀ ਹੈ ਤੇ ਛਾਂ ਕਰ ਦਿੱਤੀ ਕਹਿਣ ਲੱਗਾ ਮਹਾਰਾਜ ਹੁਣ ਸੋਝੀ ਆ ਗਈ ਅੰਤ ਦਾ ਸਮਾਂ ਸਾਹਮਣੇ ਵੇਖਿਆ ਹੰਕਾਰ ਟੁੱਟ ਗਿਆ ਸੋਝੀ ਆ ਗਈ ਅਖੀਰ ਸਮੇਂ ਮੂੰਹੋਂ ਵਚਨ ਕੀ ਨਿਕਲੇ ਬੋਲ ਕੀ ਨਿਕਲੇ ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾਨ ਹੀ ਮੇਰਾ ਕਲਮਾ ਪੜੇਗੀ ਤੁਹਾਡੀ ਕਿਰਪਾਨ ਹੀ ਮੇਰਾ ਕਲਮਾ ਪੜੇਗੀ ਬਸ ਇੱਥੇ ਕਿਰਪਾਨ ਨਾਲ ਹੀ ਕਲਮਾ ਪੜ ਦਿਓ ਇੱਥੇ ਹੀ ਬਖਸ਼ ਲਿਓ ਅੱਗੇ ਜਾ ਕੇ ਦੋਜਖ ਦੀ ਅੱਗ ਵਿੱਚ ਨਾ ਸੜਨਾ ਪਵੇ ਇੱਥੇ ਜਿਹੜਾ ਪਾਪ ਗੁਨਾਹ ਐਬ ਹੋ ਗਿਆ ਨਾ ਉਹ ਇੱਥੇ ਹੀ ਬਖਸ਼ ਲਿਓ ਅੱਗੇ ਜਾ ਕੇ ਤਪਣਾ ਨਾ ਪਵੇ ਦੋਜਖ ਦੀ ਅੱਗ ਦੇ ਵਿੱਚ ਅੱਗੇ ਜਾ ਕੇ ਜਿਵੇਂ ਪਹਿਲਾਂ ਤੇਰੇ ਚਰਨਾਂ ਦਾ ਆਨੰਦ ਪਿਆਰ ਮਾਣਿਆ ਸੀ ਨਾ ਉਸੇ ਤਰ੍ਹਾਂ ਅੱਗੇ ਜਾ ਕੇ ਵੀ ਸਤਿਗੁਰੂ ਤੇਰੇ ਚਰਨਾਂ ਦਾ ਪਿਆਰ ਆਨੰਦ ਮਾਣ ਸਕਣ।